ਜੋ ਸਾਡੇ ਹਰ ਸਮੇਂ ਤਾਂ ਆਉਣ ਵਾਲਾ ਹੈ ਪਿਆਰਿਓ, ਇਹ ਗਹਿਣਿਆਂ ਨੇ ਤਾਂ ਇੱਥੇ ਰਹਿ ਜਾਣਾ ਹੈ। ਉਸ ਨਾਮ ਦਾ ਗਿਣਾ ਪਾਈਏ, ਮੁਕਤੀ ਦੀ ਗੱਲ ਕਰ ਰਹੇ ਸੀ, ਅੱਗੇ ਜਾ ਕੇ ਕਿਹਨੇ ਮੁਕਤ ਹੋਣਾ ਹੈ ਪਿਆਰਿਓ, ਜਿਉਂਦੇ ਜੀ ਮੁਕਤ ਹੋਈਏ ਤਾਂ ਹੀ ਸਾਡਾ ਸੰਸਾਰ ਤੇ ਆਇਆ ਸਫਲਾ ਹੋਣਾ ਹੈ ਪਿਆਰਿਓ। ਮਰਿਆ ਤੋਂ ਬਾਅਦ ਤਾਂ ਹਰੇਕ ਕੋਈ ਕਹਿ ਜਾਂਦਾ ਹੈ, ਅੱਗੇ ਜਾ ਕੇ ਅੰਤਿਮ ਮਿਲੇਗੀ, ਅੱਗੇ ਜਾ ਕੇ ਸਵਰਗ ਮਿਲੇਗਾ। ਨਹੀਂ ਪਿਆਰਿਓ, ਇੱਥੇ ਸਭ ਕੁਛ ਹੈ। ਜੇ ਅਸੀਂ ਆਪਣੀ ਜ਼ਿੰਦਗੀ ਵਿੱਚ ਚੰਗੇ ਕਰਮ ਕਮਾ ਕੇ ਜਾਵਾਂਗੇ, ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਾਂਗੇ, ਗੁਰਬਾਣੀ ਪੜ੍ਹਾਂਗੇ, ਗੁਰਬਾਣੀ ਸੁਣਾਂਗੇ, ਆਪਣੇ ਜੀਵਨ 'ਤੇ ਢਾਲਾਂਗੇ ਪਿਆਰਿਓ, ਇੱਥੇ ਹੀ ਸਭ ਕੁਛ ਹੈ। ਅੱਗੇ ਜਾ ਕੇ ਕਿਹਨੇ ਦੇਖਿਆ ਹੈ, ਇਸ ਦੇਹੀ ਅੰਦਰ ਰਹਿ ਕੇ ਹੀ ਚੰਗੇ ਕਰਮ ਕਮਾ ਕੇ ਮੁਕਤ ਹੋਈਏ ਤਾਂ ਸਾਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਵੇਗੀ। ਅੱਜ ਕੱਲ੍ਹ ਆਪਾਂ ਦੇਖ ਰਹੇ ਹਾਂ, ਜੋ ਵੀ ਚੰਗੇ ਕਰਮ ਕੋਈ ਮਾੜੇ ਕਰਮ ਕਰਦਾ ਹੈ, ਇੱਥੇ ਹੀ ਭੁਗਤਣਾ ਪੈਂਦਾ ਹੈ ਪਿਆਰਿਓ। ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਣਾਂ ਵਿੱਚ ਅਰਦਾਸ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ, ਜਿਹੜੇ ਵੀ ਹਾਂ, ਚੰਗੇ ਹਾਂ ਮਾੜੇ ਹਾਂ, ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ, ਸਾਨੂੰ ਸਮਰਥ ਵਾਸੋ ਆਪ ਜੀ ਦੇ ਚਰਨਾਂ ਕਮਲਾਂ ਦੇ ਨਾਲ ਜੋੜੋ। ਪਿਆਰ ਮੁਹੱਬਤ ਰੱਖੋ, ਕਿਸੇ ਬਾਰੇ ਮਾੜਾ ਨਾ ਸੋਚੋ, ਜੇ ਅਸੀਂ ਆਪਣਾ ਚੰਗਾ ਕਰਾਂਗੇ ਦੂਜੇ ਦਾ ਮਾੜਾ ਸੋਚਾਂਗੇ ਪਿਆਰਿਓ, ਇਹ ਵੀ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਪ੍ਰਵਾਨ ਨਹੀਂ ਕਰਨਾ। ਸਰਬੰਸ ਦਾ ਭਲਾ ਮੰਗੋ, ਆਪ ਸਿੱਖ ਸੰਗਤਾਂ ਨੇ ਅੰਮ੍ਰਿਤ ਵੇਲੇ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਮਹਾਲੀ ਦਰਬਾਰ ਰਾਜ ਮਹਾਲੀ ਵਾਲੇ, ਉਹ ਵੀ ਪਰਿਵਾਰ ਦੇ ਸਦੇ ਦੇ ਵਿਸ਼ੇਸ਼ ਤੌਰ ਤੇ ਪਹੁੰਚਣਗੇ। ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਪਰਿਵਾਰ ਦੇ ਗ੍ਰਹਿ ਵਿਖੇ ਭੋਗਾਂ ਤੋਂ ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਜੀ ਖੁੱਲ੍ਹੇ ਪੰਡਾਲਾਂ ਵਿੱਚ ਪ੍ਰਕਾਸ਼ ਨਾਮ ਹੋ ਕੇ ਸੰਗਤਾਂ ਦਰਸ਼ਨ ਦੀਦਾਰ ਵਰਸਣਗੇ। ਮਹਾਂਪੁਰਖਾਂ ਨੇ ਵੀ ਹਾਜ਼ਰੀ ਭਰਨੀ ਹੈ। ਆਪ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਅੰਮ੍ਰਿਤ ਵੇਲੇ ਆਪਣੇ ਘਰਾਂ ਦੇ ਕੰਮ ਕਾਰ ਸੰਕੋਚ ਕਰਦੇ ਹੋਏ ਸਾਰੀਆਂ ਸੰਗਤਾਂ ਨੂੰ, ਸਾਰੇ ਨਗਰ ਨੂੰ ਬੇਨਤੀ ਹੈ ਪਰਿਵਾਰ ਵੱਲੋਂ, ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਸਿੰਘ ਪਰਿਵਾਰ ਵੱਲੋਂ ਬੇਨਤੀ ਹੈ ਕਿ ਭਾਈ ਆਪ ਸਿੱਖ ਸੰਗਤਾਂ ਨੇ ਉੱਥੇ ਵੀ ਹਾਜ਼ਰੀ ਕਰਨੀ, ਆਪੋ ਆਪਣੀ ਹਾਜ਼ਰੀਆਂ ਲਗਾਉਣੀਆਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਬੋਲਦਿਆਂ ਕੋਲੋਂ ਇੱਕ ਦੀ ਅਨੇਕਾਂ ਪ੍ਰਕਾਰਾਂ ਦੀਆਂ ਗਲਤੀਆਂ ਹੋ ਜਾਂਦੀਆਂ ਹਨ। ਸਤਿਗੁਰਾਂ ਦੀ ਸੰਗਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਯੋਗ ਹਨ, ਬਖਸ਼ ਲੈਣ ਕਿਰਪਾ ਕਰਨ, ਸਾਰੇ ਸਿੰਘਾਂ ਤੇ ਮਿਹਰ ਪ੍ਰਯਾਦ ਰੱਖਣ, ਅੰਦਰੋਂ ਕਰੋ ਨਾਮ ਦੀ ਦਾਤ, ਗੁਰ ਸਿੱਖੀ ਵਾਲਾ ਜੀਵਨ ਦਰਸ਼ਨ, ਆਪ ਸਿੱਖ ਸੰਗਤਾਂ ਦੇ ਚਰਨਾਂ ਕਮਲਾਂ ਦੇ ਨਾਲ, ਆਪ ਸਿੱਖ ਸੰਗਤਾਂ ਦੇ ਜੋੜੇ ਚੜ੍ਹਨ ਦਾ ਸੁਭਾਗ ਸਮਾਂ ਬਖਸ਼ਣ ਸੱਚੇ ਪਾਤਸ਼ਾਹ ਜੀ। ਆਓ ਕਿਤਾਬਾਂ ਪੜ੍ਹ ਕੇ ਉਸ ਤੋਂ ਉਪਰੰਤ ਅਰਦਾਸ ਬੇਨਤੀ ਹੋਵੇਗੀ। ਆਪ ਸਿੱਖ ਸੰਗਤਾਂ ਨੇ
ਬੜੇ ਪ੍ਰੇਮ ਪਿਆਰ ਦੇ ਨਾਲ ਹਾਜ਼ਰੀ ਭਰੀ ਹੈ। ਜਿਤਨੇ ਵੀ ਭਾਈ ਭਾਈ ਆਪ ਸਿੱਖ ਸੰਗਤਾਂ ਪਰਿਵਾਰ ਦੇ ਗ੍ਰਹਿ ਵਿਖੇ ਪਹੁੰਚੇ ਹੋਣ ਭਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਨਗਰ ਖੜੇ ਸੁਖ ਸ਼ਾਂਤੀ ਵਰਤਾਉਣ ਸੰਗਤਾਂ ਨੂੰ ਆਪਣੇ ਚਰਨਾਂ ਕਮਲਾਂ ਦੇ ਨਾਲ ਜੜੀ ਰੱਖਣ। ਧਰਮ ਗੁਰੂ ਨਾਨਕ ਦੀ ਦਾਤ ਗੁਰਸਿੱਖੀ ਵਾਲਾ ਜੀਵਨ ਵਰਸਨ ਜੀ ਬਾਣੀ ਪੜਿਆ ਕਰੋ, ਸੇਵਾ ਕਰਿਆ ਕਰੋ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪ ਜੀ ਦੇ ਦਰਬਾਰ ਦੇ ਨਾਲ ਜੋੜ ਕੇ ਰੱਖਣ ਜੀ। ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਮਿਲੀ ਉਹਨਾਂ ਪਿਆਰਿਆ ਤੇਰੀ ਵਡਿਆਈ,
ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਗੁਰੂ ਜੀ ਕੀ ਪਾਤਸ਼ਾਹ ਦਸਵੀਂ ਗੁਰੂ ਜੀ ਕੀ ਪਾਤਸ਼ਾਹ।